ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਰੂਹਮ ਅਕੈਡਮੀ ਦੇ YouTube ਚੈਨਲ ਉੱਪਰ ਦੋਸਤੋ ਇਸ ਚੈਨਲ ਤੇ ਆਪਾਂ ਐਨਟੀਏ ਜੁਜੀ ਦੀ ਨੈਟ ਵਿਸ਼ਾ ਪੰਜਾਬੀ ਬਾਰੇ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਂ ਰਵਿੰਦਰ ਕੁਮਾਰ ਵਾਂਸਲ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰ ਹਾਂ ਦੋਸਤੋ ਅੱਜ ਦੇ ਇਸ ਲੈਕਚਰ ਅੰਦਰ ਆਪਾਂ ਐਂਟੀਗੇ ਜੁਜੀਸੀ ਨੈਟ ਦੇ ਫਰਸਟ ਪੇਪਰ ਭਾਵ ਜਨਰਲ ਪੇਪਰ ਬਾਰੇ ਚਰਚਾ ਕਰਾਂਗੇ ਦੋਸਤੋ ਇਹ ਪਹਿਲਾ ਪੇਪਰ ਵਿਦਿਆਰਥੀਆਂ ਲਈ ਖਾਸ ਕਰਕੇ ਪੰਜਾਬੀ ਸਬਜੈਕਟ ਦੇ ਵਿਦਿਆਰਥੀਆਂ ਲਈ ਸ਼ੁਰੂ ਤੋਂ ਹੀ ਪਰੇਸ਼ਾਨੀ ਦਾ ਵਿਸ਼ਾ ਰਿਹਾ ਹੈ ਇਸ ਪੇਪਰ ਨੂੰ ਸਾਡੇ ਵਿਦਿਆਰਥੀ ਹੌਗਾ ਸਮਝਦੇ ਹਨ ਤੇ ਇਸ ਨੂੰ ਹੱਲ ਕਰਨ ਤੋਂ ਕੌਹਾਂ ਦੂਰ ਭੱਜਦੇ ਹਨ ਦੋਸਤੋ ਇਸ ਨੂੰ ਹੱਲ ਕਰਨ ਵੇਲੇ ਮੁੱਖ ਸਮੱਸਿਆ ਸਾਨੂੰ ਭਾਸ਼ਾ ਦੀ ਆਉਂਦੀ ਹੈ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਅੰਗਰੇਜ਼ੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦੇ ਅੰਗਰੇਜ਼ੀ ਭਾਅ ਸਾਡੀ ਆਂਟੀ ਭਾਸ਼ਾ ਨੂੰ ਸਾਡੇ ਲਈ ਸਮਝਣਾ ਉਨਾ ਹੀ ਕਠਿਨ ਹੋਇਆ ਪਿਆ ਹੈ ਜਿੰਨਾ ਕਿ ਆਂਟੀ ਸ਼ਬਦ ਦੇ ਅਰਥ ਸਮਝਣਾ ਕਿ ਸਾਹਮਣੇ ਵਾਲੀ ਸਾਡੀ ਮਾਸੀ ਹੈ ਚਾਚੀ ਹੈ ਤਾਈ ਹੈ ਜਾਂ ਭੂਆ ਹੈ ਫਿਰ ਅਸੀਂ ਸੋਚਦੇ ਹਾਂ ਕਿਉਂ ਨਾ ਹਿੰਦੀ ਵਾਲਾ ਭਾਗ ਪੜ੍ਹ ਕੇ ਪ੍ਰਸ਼ਨ ਹੱਲ ਕਰੀਏ ਤੇ ਨੈਟ ਵਿੱਚ ਹਿੰਦੀ ਮਾਸੀ ਵਾਲਾ ਭਾਗ ਸਮਝਣਾ ਉਨਾਂ ਕੀ ਔਖਾ ਜਿੰਨਾ ਕਿ ਚਨਈ ਐਕਸਪ੍ਰੈਸ ਹਿੰਦੀ ਫਿਲਮ ਵਿੱਚ ਤਾਮਲ ਡਾਇਲੋਗਾਂ ਨੂੰ ਸਮਝਣਾ ਇਸ ਕਰਕੇ ਸਾਡੇ ਕੋਲ ਮੁੜਕੜ ਕੇ ਬੋਤੀ ਬੋੜ ਥੱਲੇ ਤੋਂ ਇਲਾਵਾ ਕੋਈ ਚਾਰ ਨਹੀਂ ਰਹਿ ਜਾਂਦਾ ਤੇ ਆਖਰ ਅੰਗਰੇਜ਼ੀ ਵਾਲੇ ਭਾਗ ਨੂੰ ਸਮਝਣਾ ਹੀ ਸਾਡੇ ਕੋਲ ਇੱਕੋ ਇੱਕ ਆਪਸ਼ਨ ਰਹਿ ਜਾਂਦਾ ਹੈ ਪਰ ਦੋਸਤੋ ਇਸ ਤੋਂ ਹੁਣ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਦੋਸਤੋ ਮੈਂ ਤੁਹਾਨੂੰ ਆਪਣੇ ਨਿੱਜੀ ਤਜਰਬੇਆਂ ਰਾਹੀਂ ਇਹਨਾਂ ਪ੍ਰਸ਼ਨਾਂ ਨੂੰ ਸਮਝਣ ਤੇ ਹੱਲ ਕਰਨ ਦੇ ਸਲ ਤੇ ਮਹੱਤਵਪੂਰਨ ਢੰਗ ਦੱਸਾਂਗਾ ਕਿ ਕਿਸ ਤਰ੍ਹਾਂ ਜਿਹੜੇ ਵਿਦਿਆਰਥੀ 40 ਨੰਬਰ ਹੀ ਮਸਾਂ ਪ੍ਰਾਪਤ ਕਰ ਪਾਉਂਦੇ ਹਨ ਇਸ ਪੇਪਰ ਵਿੱਚੋਂ ਵੀ 60 70 ਨੰਬਰ ਤੱਕ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ ਦੋਸਤੋ ਅਸਲ ਵਿੱਚ ਇਸ ਪੇਪਰ ਨੂੰ ਹੱਲ ਕਰਨ ਲਈ ਤੇ ਜ਼ਿਆਦਾ ਨੰਬਰ ਪ੍ਰਾਪਤ ਕਰਨ ਲਈ ਸਮਾਰਟ ਵਰਕ ਕਰਨ ਦੀ ਜ਼ਰੂਰਤ ਹੈ ਅਜਿਹੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਸ ਪੇਪਰ ਦੇ ਸਮੁੱਚੇ ਸਿਲੇਬਸ ਨੂੰ ਵਿਚਾਰਨ ਦੀ ਲੋੜ ਹੈ ਕਿ ਇਸ ਵਿੱਚ ਜੋ 50 ਪ੍ਰਸ਼ਨ ਪੁੱਛੇ ਜਾਣੇ ਹਨ ਉਹ ਕਿਸ-ਕਿਸ ਟੌਪਿਕ ਨਾਲ ਸੰਬੰਧਤ ਹਨ ਦੋਸਤੋ ਐਨਟੀਏ ਯੂਜੀਸੀ ਨੈਟ ਏਜੰਸੀ ਨੇ ਇਸ ਦੇ ਸਲੇਬਸ ਨੂੰ 10 ਹਿੱਸਿਆਂ ਵਿੱਚ ਵੰਡਿਆ ਹੈ ਇਹ ਹਨ ਟੀਚਿੰਗ ਐਪਟੀਟਿਊਡ ਰਿਸਰਚ ਐਪਟੀਟਿਊਡ ਕੰਪਰੀਹੈਂਸ਼ਨ ਕਮਿਊਨੀਕੇਸ਼ਨ ਮੈਥੈਮੈਟਿਕਲ ਰੀਜਨਿੰਗ ਐਂਡ ਐਪਟੀਟਿਊਡ ਲੌਜੀਕਲ ਰੀਜਨਿੰਗ ਡਾਟਾ ਇੰਟਰਪ੍ਰੀਟੇਸ਼ਨ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਆਈ ਸੀ ਟੇ ਪੀਪਲ ਡਿਵੈਲਪਮੈਂਟ ਐਂਡ এনवायरमेंट ਤੇ ਹਾਇਰ ਐਜੂਕੇਸ਼ਨ ਸਿਸਟਮ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਟੌਪਿਕ ਨੂੰ ਸਮਝਣ ਲਈ ਸਾਡੀਆਂ ਸਹਾਇਕ ਪੁਸਤਕਾਂ ਕਿਹੜੀਆਂ ਹਨ ਦੋਸਤੋ ਮੁੱਖ ਤੌਰ ਤੇ ਤਿੰਨ ਕਿਤਾਬਾਂ ਪੀਅਰ ਸੰਝ ਦੀ ਕੇ ਵੀ ਐਸ ਮੈਦਾਨ ਵਾਲੀ ਕਿਤਾਬ ਤੇ ਟ੍ਰੂਮੈਨ ਦੀ ਕਿਤਾਬ ਔਰ ਯੂ ਜੀ ਸੀ ਨੈੱਟ ਪੇਪਰ ਵਨ ਅਤੇ ਅਰੀਹੰਤ ਦੀ ਕਿਤਾਬ ਫੋਰ ਯੂ ਜੀ ਸੀ ਨੈੱਟ ਪੇਪਰ ਵਨ ਹਨ ਇਹਨਾਂ ਵਿੱਚੋਂ ਕੇ ਵੀ ਐੱਸ ਮੈਦਾਨ ਵਾਲੀ ਕਿਤਾਬ ਬਾਕੀਆਂ ਮੁਕਾਬਲੇ ਥੋੜ੍ਹਾ ਉੱਚਤਮ ਕੰਮ ਹੈ ਦੋਸਤੋ ਇਹਨਾਂ ਦਸ ਟੋਪਿਕਸ ਨੂੰ ਹੱਲ ਕਰਨ ਲਈ ਅਸੀਂ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਦੇ ਹਾਂ ਭਾਗ ਪਹਿਲਾ ਜਿਸ ਵਿੱਚ ਟੋਪਿਕ ਹਨ ਰਿਸਰਚ ਐਪਟੀਟਿਊਡ ਕੋਂਪਰੀਹੈਂਸ਼ਨ ਕਮਿਊਨੀਕੇਸ਼ਨ ਮੈਥਮੈਟਿਕਲ ਰੀਜਨਿੰਗ ਐਂਡ ਐਪਟੀਟਿਊਡ ਤੇ ਡਾਟਾ ਇੰਟਰਪ੍ਰੀਟੇਸ਼ਨ ਦੋਸਤੋ ਇਹ ਉਹ ਟਾਪਿਕ ਹਨ ਜਿਨ੍ਹਾਂ ਨੂੰ ਹੱਲ ਕਰਨਾ ਸਾਡੇ ਲਈ ਆਸਾਨ ਰਹੇਗਾ ਐਜ ਕੰਪੇਅਰ ਟੂ ਅਦਰ ਟਾਪਿਕਸ ਕਿਉਂਕਿ ਇਹਨਾਂ ਟਾਪਿਕਸ ਨੂੰ ਥੋੜੀ ਮਿਹਨਤ ਨਾਲ ਅਸੀਂ ਇਸਦੇ 25 ਪ੍ਰਸ਼ਨਾਂ ਵਿੱਚੋਂ 18 ਤੋਂ 20 ਪ੍ਰਸ਼ਨ ਆਸਾਨੀ ਨਾਲ ਹੱਲ ਕਰ ਸਕਦੇ ਹਾਂ ਤੇ ਜੇਕਰ ਸਾਡੀ ਗਣਿਤ ਵਿਸ਼ੇ ਨੂੰ ਸਮਝਣ ਵਿੱਚ ਮਹਾਰਤ ਹੈ ਤਾਂ ਅਸੀਂ 25% ਤੱਕ ਵੀ ਠੀਕ ਕਰ ਸਕਦੇ ਆ ਕਿਉਂਕਿ ਡਾਟਾ ਇੰਟਰਪ੍ਰੀਟੇਸ਼ਨ ਦੇ 5 ਪ੍ਰਸ਼ਨ ਪੇਪਰ ਵਿੱਚ ਆਉਣੇ ਹੀ ਹਨ ਤੇ ਅਸੀਂ ਇਹਨਾਂ ਨੂੰ ਹੱਲ ਕਰਕੇ 10 ਨੰਬਰ ਪੱਕੇ ਕਰ ਸਕਦੇ ਆ ਕੰਪਰੀਹੈਂਸ਼ਨ ਤੋਂ ਭਾਵ ਪੈਰੇ ਵਿੱਚੋਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲੱਭਣਾ ਵੀ ਥੋੜੀ ਮਿਹਨਤ ਦਾ ਹੀ ਕੰਮ ਹੈ ਤੇ ਜ਼ਿਆਦਾ ਨੰਬਰ ਪ੍ਰਾਪਤੀ ਦਾ ਸਾਧਨ ਰੀਜਨਿੰਗ ਐਂਡ ਐਪਟੀਟਿਊਡ ਅਤੇ ਕਮਿਊਨੀਕੇਸ਼ਨ ਵਿਸ਼ਿਆਂ ਨੂੰ ਥੋੜੀ ਮਿਹਨਤ ਨਾਲ ਸਮਝਿਆ ਜਾ ਸਕਦਾ ਹੈ ਤੇ ਇਹਨਾਂ ਵਿੱਚੋਂ ਵੀ ਪੂਰੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ ਦੋਸਤੋ ਅਗਲਾ ਟਾਪਿਕ ਰਿਸਰਚ ਐਬਿਟਿਊਡ ਹੈ ਇਸ ਨੂੰ ਸਮਝਣਾ ਪੰਜਾਬੀ ਵਿਸ਼ੇ ਵਾਲਿਆਂ ਲਈ ਆਸਾਨ ਹੋ ਜਾਵੇਗਾ ਜੇਕਰ ਅਸੀਂ ਕੇਸਸੰਗ ਕੇ ਸਰਤੀ ਕਿਤਾਬ ਖੋਜ ਚਿੰਤਨ ਅਤੇ ਡਾਕਟਰ ਪਿਆਰ ਸਿੰਘ ਦੀ ਖੋਜ ਸਿਧਾਂਤ ਤੇ ਵਿਹਾਰ ਧਿਆਨ ਨਾਲ ਪੜਾਂਗੇ ਇਹ ਕਿਤਾਬਾਂ ਪੰਜਾਬੀ ਭਾਸ਼ਾ ਅੰਦਰ ਹੀ ਰਿਸਰਚ ਐਬਿਟਿਊਡ ਨੂੰ ਸਮਝਣ ਦਾ ਚੰਗਾ ਜਰੀਆ ਹਨ ਦੂਸਰੇ ਭਾਗ ਦੇ ਟੌਪਿਕ ਹਨ ਟੀਚਿੰਗ ਐਬਿਟੀਟਿਊਡ ਲੌਜੀਕਲ ਰੀਜਨਿੰਗ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਆਈਸੀਟੀ ਪੀਪਲ ਡਿਵੈਲਪਮੈਂਟ ਐਂਡ এনवायरमेंट ਅਤੇ ਹਾਈਅਰ ਐਜੂਕੇਸ਼ਨ ਸਿਸਟਮ ਇਹ ਅਜਿਹੇ ਟੌਪਿਕ ਹਨ ਜਿਨ੍ਹਾਂ ਵਿੱਚੋਂ ਪੂਰੇ ਨੰਬਰ ਪ੍ਰਾਪਤ ਕਰਨੇ ਕਾਫੀ ਕਠਿਨ ਹਨ ਪਰ ਇਹਨਾਂ ਵਿੱਚੋਂ ਵੀ ਤੁਸੀਂ 15 ਪ੍ਰਸ਼ਨ ਤੱਕ ਆਸਾਨੀ ਨਾਲ ਹੱਲ ਕਰ ਸਕਦੇ ਹੋ ਉਸ ਦਾ ਤਰੀਕਾ ਤੁਹਾਨੂੰ ਮੈਂ ਆਪਣੇ ਲੈਕਚਰਾਂ ਵਿੱਚ ਟੌਪਿਕ ਵਾਈਜ਼ ਦੱਸਦਾ ਰਹਾਂਗਾ ਦੋਸਤੋ ਇਸ ਪ੍ਰਕਾਰ ਸਮੁੱਚੇ ਰੂਪ ਵਿੱਚ ਤੁਸੀਂ 30 ਪ੍ਰਸ਼ਨ ਤੱਕ ਬਹੁਤ ਆਸਾਨੀ ਨਾਲ ਤੇ ਉਸ ਤੋਂ ਜ਼ਿਆਦਾ ਥੋੜੇ ਹਾਰਡਵਰਕ ਨਾਲ ਠੀਕ ਕਰ ਸਕਦੇ ਹੋ ਤੇ ਇਸ ਐਨਟੀਏ ਯੂਜੀਸੀ ਨੈਟ ਦੇ ਪਹਿਲੇ ਪੇਪਰ ਵਿੱਚੋਂ ਚੰਗੇ ਨੰਬਰ ਪ੍ਰਾਪਤ ਕਰ ਸਕਦੇ ਹੋ ਦੋਸਤੋ ਉਮੀਦ ਹੈ ਕਿ ਹੁਣ ਤੱਕ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹਨਾਂ ਸਾਰੇ ਟੌਪਿਕਸ ਉੱਪਰ ਆਪਾਂ ਬਾਰੋ-ਬਾਰੀ ਅਗਲੇ ਲੈਕਚਰਾਂ ਵਿੱਚ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਹੱਲ ਕੀਤਾ ਜਾਵੇ ਤੇ ਜ਼ਿਆਦਾ ਨੰਬਰ ਪ੍ਰਾਪਤ ਕੀਤੇ ਜਾਣ ਅਗਲੇ ਲੈਕਚਰ ਸੁਣਨ ਲਈ ਸਾਡੇ ਇਸ YouTube ਚੈਨਲ ਰੂਮ ਅਕੈਡਮੀ ਨਾਲ ਜੁੜੇ ਰਹੋ ਧੰਨਵਾਦ